ਕੋਲਾ ਕਿੰਨਾ ਕਿਹਦੇ ਕੋਲ? ਬਰੀਕ ਪਛਮ ਹੈ, ਸੇਮ ਇੱਕ ਹੀ ਕਲਰ ਹੈ, ਕੈਮਰੇ ਚ ਮੁਕੰਮਲ ਨਜ਼ਰ ਆਉਂਦੀ ਵੀ ਥਾਨ ਮਾਸ਼ਾਅੱਲਾ ਜੀ ਸੋਹਣੇ ਮੁੱਠੀ ਦੋਰੇ ਲੱਗੇ ਨੇ। ਨਸਲ ਕੀ ਭਾਈ ਰਹਿਮਾਨ ਸਾਹਿਬ ਦੀ? ਸਾਹੀਵਾਲ ਦੇ ਫਰੀਜ਼ੀਅਨ ਕ੍ਰਾਸ ਮਾਸ਼ਾਅੱਲਾ ਜੀ। ਸਲਾਮ ਅਲੈਕੁਮ ਸੱਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਿਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਜੀ ਜੁਮੇਰਾਤ ਦਾ ਤੇ ਇਸ ਟਾਈਮ ਸਿਆਲਕੋਟ ਦੇ ਨਾਮਵਰ ਨੌਜਵਾਨ ਤੇ ਮਾਸ਼ਾਅੱਲਾ ਜੀ ਸਸਤੇ ਵਪਾਰੀ ਮਲਕ ਰਹਿਮਾਨ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ। ਤੇ ਮਾਸ਼ਾਅੱਲਾ ਜੀ ਭਾਈ ਰਹਿਮਾਨ ਸਾਹਿਬ ਹਮੇਸ਼ਾ ਦੀ ਤਰ੍ਹਾਂ ਮਿਹਨਤ ਕਰਕੇ ਦੋਸਤਾਂ ਵਾਸਤੇ 6 ਖੂਬਸੂਰਤ ਅਸਲੀ ਤੇ ਨਸਲੀ ਮੁਨਾਸਬ ਕੀਮਤ ਵਾਲੇ ਜਾਨਵਰ ਲੈ ਕੇ ਆਏ ਨੇ, ਜਿਨ੍ਹਾਂ 'ਚ ਮਾਸ਼ਾਅੱਲਾ ਜੀ 13-14 ਕਿਲੋ ਦੁੱਧ ਵਾਲੇ ਜਾਨਵਰ ਵੀ ਮੌਜੂਦ ਨੇ। ਕਮ ਅਜ਼ ਕਮ ਕੀਮਤ ਹੈ ਜੀ 2,40,000 ਸਾਰੇ ਜਾਨਵਰਾਂ ਦੀ ਤਸੱਲੀ ਕਰਵਾਉਂਦੇ ਹਾਂ ਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਨੇ ਆ। ਬਾਈ ਰਹਿਮਾਨ ਸਾਹਿਬ ਆਓ ਜੀ ਸਾਹਮਣੇ ਜੀ। ਅਸਲਾਮ ਅਲੈਕੁਮ ਜੀ ਭਾਈ ਰਹਿਮਾਨ ਸਾਹਿਬ, ਕੀ ਹਾਲ ਹੈ? ਠੀਕ ਹੋ? ਅੱਲਾਹ ਪਾਕ ਦਾ ਬੜਾ ਸ਼ੁਕਰ, ਉਹਦੀ ਜ਼ਾਤ ਦਾ ਬੜਾ ਕਰਮ ਹੈ। ਸਿਲਸਿਲਾਵਾਰ ਵੀਡੀਓ ਵੇ ਦੋਸਤ ਜਨਾਬ ਦੇ ਨਾਮ ਤੋਂ, ਜਨਾਬ ਦੇ ਕੰਮ ਤੋਂ ਆਲਰੇਡੀ ਬਹੂਬੀ ਵਾਕਫ ਨੇ ਸ਼ੋਕਾ ਚੱਕ ਰਵਾਉਂਦੇ ਹੋ, ਰੇਟ ਵੀ ਮਾਸ਼ਾਅੱਲਾ ਜੀ ਅੱਛੇ ਹੁੰਦੇ ਨੇ ਦੋਸਤਾਂ ਨੂੰ, ਫਿਰ ਆਪਣਾ ਤੇ ਆਪਣੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ। ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ, ਪਿੰਡ ਦਾ ਨਾਮ ਗੁਲਚੰਦਰ। ਸਿਆਲਕੋਟ ਭਾਈ ਫਰਾਜ਼ੂਰੇ ਵਾਲੇ ਚੌਂਕ ਤੋਂ 1.5 ਘੰਟਾ ਲੱਗਦਾ ਮਰਾਜਕੇ ਆਉਂਦੇ ਆ। ਮਰਾਜਕਿਆਂ ਤੋਂ 1.5-2 ਕਿਲੋਮੀਟਰ ਤੋਂ ਪਿੰਡ ਗੁਲਚੰਦਰ। ਜਿਹੜੇ ਭਰਾ ਜ਼ਫਰਵਾਲ ਨਾਰਵਾਲ ਸ਼ਕਰਗੜ੍ਹ ਲੂਣਾ ਜਾਂਦੇ ਨੇ, ਉਹ ਵੀ ਜ਼ਫਰਵਾਲ ਤੋਂ ਭਿੰਗਰੇ ਰੋਡ 'ਤੇ ਨੇ। ਬਿਲਕੁਲ ਜੀ, ਜਿਹਦਾ ਰੇਟ ਹੋਏ 2.25 ਦੇ ਅੱਗੇ ਪਿੱਛੇ ਸੀ। ਹਾਂਜੀ, ਤੇ ਉਹ ਨਾ ਦੋਸਤਾਂ ਨੇ ਵੀ ਬਹੁਤਿਆਂ ਨੇ ਕਿਹਾ ਕਿ ਵਾਕਈ ਸੇਲ ਹੋਈ, ਤੇ ਇਹ ਨੰਬਰ ਚਾਚੂ ਘਰਾਂ ਦਾ ਠੀਕ ਹੈ, ਪਿੰਡੀ ਦੂਣਾ ਗਾਈ ਲਈ ਹੈ। ਇਹ ਨੰਬਰ ਆ ਰਿਹਾ 0317 ਵਾਲਾ। ਹਾਂਜੀ, ਤੇ ਜੀ ਬਿਹਤਰ ਹੋ ਗਿਆ, ਯਾਨੀ ਕਿ ਆਨਲਾਈਨ ਹੀ ਸੇਲ ਕੀਤੀ। ਅਗਰ ਕਿਸੇ ਦੋਸਤ ਨੂੰ ਕੋਈ ਡਾਊਟ ਹੈ ਤੇ ਨੰਬਰ ਆ ਗਿਆ ਸਕਰੀਨ ਤੇ, ਦੋਸਤ ਇਹਨੀ ਕਿ ਕਾਲ ਕਰਕੇ ਆਪਣੀ ਤਸੱਲੀ ਕਰ ਸਕਦੇ ਨੇ। ਆਓ ਜੀ ਭਾਈ, ਵੈਸ ਲੈ ਕੇ ਆਓ, ਅੱਜ ਵੀ ਖੜਾ ਕੀ ਰੇਟਾਂ ਦੀ ਵੀ ਚਾਸਾ ਇਹਦੀ ਮਾਸ਼ਾਅੱਲਾ ਜੀ। ਵੈਡ ਨੰਬਰ 1 ਆ ਗਈ ਹੈ ਜੀ ਭਾਈ ਰਹਿਮਾਨ ਸਾਹਿਬ, ਬਾਹਰ ਟੋਰੋ ਭਾਈ ਜ਼ਰਾ, ਕਿੰਨਵਾ ਸੂਆ ਜੀ ਇਹਦਾ? ਦੂਸਰਾ ਇਹ ਸੋਹਣਾ ਮਾਸ਼ਾਅੱਲਾ ਜੀ, ਨੰਬਰ ਆ ਗਈ ਇੱਕ ਤੇ ਗੱਬਣ ਹੈ ਫਿਲਹਾਲ ਕੱਚੀ ਹੈ, ਸੂਆ ਦੂਸਰਾ ਸੋਹਣਾ। ਦਿਨ ਕਿੰਨੇ ਕੁ ਲੈ ਰਹੀ ਹੈ? ਮਜ਼ਬੂਤ ਕਰਾਸ ਹੈ, ਗਰਮੀਆਂ ਦਾ ਸਮਝਣਾ ਕਿ ਹਾਸ ਤੋਹਫਾ ਗਰਮੀ ਇਨਸ਼ਾਅੱਲਾ ਨਹੀਂ ਕਰੇਗੀ ਬਾਈ। ਲਾ ਜ਼ਰਾ ਸਿੱਧੀ ਕਰਵਾਉਣੀ ਹੈ, ਕੈਮਰੇ 'ਚ ਜ਼ਰਾ ਪੂਰੀ ਮੁਕੰਮਲ ਨਜ਼ਰ ਆਏ, ਜੇ ਸਾਹਮਣੇ ਦੋਸਤਾਂ ਵੇਖ ਲੈਣੀ ਹੈ ਕੈਮਰੇ 'ਚ ਮੁਕੰਮਲ ਨਜ਼ਰ ਆ ਰਹੀ ਹੈ, ਲੱਗਦੀ ਵੀ ਸਾਊ ਹੈ ਭਾਈ। ਤੁਹਾਨੂੰ ਦੋਸਤਾਂ ਨੂੰ ਫਿਰ ਚੈੱਕ ਕਰਵਾ ਦਿੰਦੇ ਹਾਂ ਮਾਸ਼ਾਅੱਲਾ ਜੀ, ਜਿਹੜਾ ਭਾਈ ਰਾਂ ਕਰਾਸ ਦੱਸਿਆ ਚੰਗਾ ਮਜ਼ਬੂਤ ਡਾਢਾ ਕਰਾਸ ਹੈ ਜੀ, ਫਰੀਜ਼ੀਅਨ ਅਤੇ ਸਾਹੀਵਾਲ ਕਰਾਸ। ਬਾਈ ਇਹਦਾ ਚਿਹਰਾ ਵੀ ਸਾਹਮਣੇ ਕਰਿਓ ਮਾਸ਼ਾਅੱਲਾ ਜੀ, ਚਿਹਰਾ ਵੀ ਦੋਸਤਾਂ ਵੇਖ ਲੈਣਾ ਠੀਕ ਹੈ। ਅਲਗੀ ਜੀ ਟੋਰ ਕੇ ਲੈ ਚਲੋ ਭਾਈ, ਬਸ ਤੁਸੀਂ ਭਾਈ ਕੋਈ ਜਾਨਵਰ ਖੋਲ ਕੇ ਦੇਣਾ ਭਾਈ ਰਾਂ ਨੂੰ, ਥੋੜ੍ਹਾ ਤਾਵਨ ਕਰਨਾ ਤੁਹਾਨੂੰ। ਨੰਬਰ 1 ਤੇ ਚੈੱਕ ਕਰਵਾਈਏ, ਫਰੀਜ਼ੀਅਨ ਅਤੇ ਸਾਹੀਵਾਲ ਕਰਾਸ ਹੈ, ਗੱਬਾ ਨੇ ਸੁਬਾਹ ਦੂਸਰਾ ਦੱਸਿਆ ਭਾਈ ਰਾਂ, ਦਿਨ ਤਕਰੀਬਨ 6-7 ਲਬਾਸ ਦੋਸਤਾਂ ਫਿਰ ਵੇਖ ਲੈਣਾ ਜੀ। ਭਾਈ ਰਹਿਮਾਨ ਸਾਹਿਬ ਕੀ ਰੇਟ ਹੈ ਜੀ ਵੈਡ ਨੰਬਰ 1 ਦਾ? ਭਾਈ ਫਰਾਜ ਵੱਛੀ ਪੂਰੀ ਬਰੀਕ ਹੈ। ਅੱਛਾ, ਖਾਣ ਸ਼ਾਨ ਸੋਹਣੇ ਨੇ, ਸਾਊ ਵੀ ਬੜੀ ਹੈ। ਬਿਲਕੁਲ ਜੀ,
ਥਾਣਾ ਸ਼ਾਣਾ ਵੀ ਹਰ ਸ਼ਹਿਰ ਦੀ ਗਰੰਟੀ ਹੈ ਕਿਸੇ ਘਰ ਜਾ ਕੇ ਸੂਣ ਜਾ ਕੇ ਕੋਈ ਪਾਸਪੋਰਟ ਕਰਾ ਲਏ ਆਪਣਾ ਚੈੱਕ ਸੈਲਿੰਗ ਕਰ ਲਏ ਅਤੇ ਰੇਟ ਭਾਈ ਭਰਾ ਜੋ ਮੱਛੀ ਜੇ ਹੁਣ ਉਹ ਹਿਸਾਬ ਨਾਲ ਜਾਈਏ ਤਾਂ 2,45,000 ਜ਼ਬਰਦਸਤ ਹੋ ਗਿਆ A1 ਹੋ ਗਿਆ ਮਾਸ਼ਾਅੱਲਾ ਜੀ ਨਸਲ ਵੀ ਚੰਗੀ ਹੈ ਗੱਬਰ ਨੇ ਸੁਆਦ ਦੂਸਰਾ ਸੋਹਣਾ ਥਣ ਵੀ ਸੋਹਣੇ ਮੁੱਠੀ ਲੱਗੇ ਨੇ ਕੀਮਤ 2,00,000 ਤੇ 45,000 ਭਾਈ ਵੈਸੇ ਜਾਨਵਰ ਰੈਡੀ ਕਰਿਆ ਕਰੋ ਜ਼ਰਾ ਮਿਹਰਬਾਨੀ ਕਰੇ ਚਮਕ ਬੜੀ ਹੈ ਭਾਈ ਸਾਹਿਬ ਬਰੀਕ ਵੀ ਬੜੀ ਹਾਂ ਬਿਲਕੁਲ ਜੀ ਬਰੀਕ ਪਛਮ ਹੈ ਜੀ ਅੱਗੇ ਭਾਈ ਲਿਆਓ ਜੀ ਨੰਬਰ 2 ਵਾਲੀ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 2 ਤੇ ਵੀ ਗੱਬਰ ਨੇ ਜੀ ਕਿੰਨਵਾਂ ਸੁਆਦ ਨੇ ਸੋਹਣਾ ਸੁਆਦ ਦੂਸਰਾ ਸੋਹਣਾ ਦਿਨ ਕਿੰਨੇ ਕੁ ਲੈ ਰਹੀ ਹੈ ਰਵੇਲ ਦੀ ਕਾਫੀ ਦੋਸਤਾਂ ਨੂੰ ਵੀ ਚੈੱਕ ਕਰਵਾਉਂਦੇ ਆ ਵੀ ਦਿਨ ਤਕਰੀਬਨ ਕੋਈ 6-7 ਲੈਂਦੀ ਹੈ ਬਈ ਸੁਆਹ ਦੂਸਰਾ ਸੋਹਣਾ ਮਾਸ਼ਾਅੱਲਾ ਜੀ ਟੋਰ ਵੀ ਦੋਸਤਾਂ ਵੇਖ ਲੈਣੀ ਹੈ ਹਾਈਟ ਜ਼ਰਾ ਪੂਰੀ ਹੈ ਨਸਲ ਕੀ ਹੈ ਬਈ ਰਹਿਮਾਨ ਦੀ ਵਲੈਤੀ ਤੇ ਸਾਹੀਵਾਲ ਕਰਾਸ ਮਜ਼ਬੂਤ ਕਰਾਸ ਕੁਛ ਦੋਸਤ ਸਾਹੀਵਾਲ ਦਾ ਨਾਂ ਲੈਣਾ ਪਸੰਦ ਨਹੀਂ ਕਰਦੇ ਪਏ ਲੇਕਿਨ ਵਿੱਚ ਸਾਹੀਵਾਲ ਕਰਾਸ ਹੈ ਆਵੇ ਤੇ ਬਈ ਯਾਰ ਦੂਸਰੀ ਬੈਡ ਚੈੱਕ ਕਰਵਾਈਏ ਤੇ ਦੂਸਰੀ 'ਚ ਦੱਸਿਆ ਸਾਈ ਵਾਲੀਆਂ ਚੋਲਸਤਾਨੀ ਕਰਾਸ ਆਈਏ ਸਮਝੋ ਕਿ ਮਜ਼ਬੂਤ ਕਰਾਸ ਹੈ ਗਰਮੀ ਵੀ ਨਹੀਂ ਕਰੇਦੀ ਜਿਹੜਾ ਦੁੱਧ ਇਨਸ਼ਾਅੱਲਾ ਵੀ ਫਟ ਚੱਲਦੀਆਂ ਨੇ ਜਿਹੜੀਆਂ ਬੋਤੀਆਂ ਪਿਓ ਚ ਨੇ ਉਹ ਗਰਮੀ ਬੜੀ ਕਰਦੀਆਂ ਪਿਛਲੇ ਦਿਨਾਂ ਚ 5-5-6 ਲੱਖ ਦੀ ਗਾਂ ਵੇਚੀ ਹੈ ਹੁਣ ਨਹੀਂ ਗਰਮੀ ਬੜੀ ਆ ਜੀ ਗਰਮੀ ਕਾਫੀ ਨਾਲ ਇਹਨਾਂ ਦਾ ਦੁੱਧ ਫੈਟ ਵਾਲਾ ਹੁੰਦਾ ਹੈ ਦੁੱਧ ਫੈਟ ਵਾਲਾ ਫੁੱਲ ਵੀ ਪੂਰਾ ਮਾਸ਼ਾਅੱਲਾ ਜੀ ਸਾਈਵਾਲ ਤੇ ਵਲੈਤੀ ਕਰਾਸ ਥਾਨ ਦੋਸਤਾਂ ਨੂੰ ਫਿਰ ਚੈੱਕ ਕਰਵਾ ਦਿੰਦੇ ਆ ਨੰਬਰ 2 ਤੇ ਚੈੱਕ ਕਰਵਾਉਂਦੇ ਆ ਪੇ ਚਿਹਰਾ ਵੀ ਦੋਸਤਾਂ ਵੇਖ ਲੈਣਾ ਸੇਮ ਇੱਕ ਹੀ ਕਲਰ 'ਚ ਹੋਵੇ ਲੈ ਚਲੋ ਭਈਆ ਵੈਸੇ ਲੰਮੀ ਟੁਰ ਕੇ ਮਾਸ਼ਾਅੱਲਾ ਜੀ ਲਿਬਾਸ ਦੋਸਤਾਂ ਫਿਰ ਠੀਕ ਹੈ ਜਗ੍ਹਾ ਵਾਲੇ ਕਾਫੀ ਮਾਸ਼ਾਅੱਲਾ ਜੀ ਸਲੋ ਬਾਈ ਟੋਰ ਕੇ ਬਾਈ ਵੈਸੇ ਜ਼ਰਾ ਤਾਵਣ ਕਰੋ ਹਲਕਾ ਜਿਹਾ ਟੋਰੋ ਸਕੂਨ ਨਾਲ ਈਜ਼ੀ ਹੋ ਕੇ ਆਓ ਜੀ ਭਾਈ ਰਹਿਮਾਨ ਸਾਹਿਬ ਕੀ ਰੇਟ ਹੈ ਜੀ ਵੈਡ ਨੰਬਰ 2 ਦਾ ਇਹਦਾ ਵੀ ਸੋਹਣਾ ਜਿਹਾ ਰੇਟ ਠੀਕ ਹੈ ਅੱਛਾ ਜਗ੍ਹਾ ਜਿਹੜੇ ਵੱਟ ਸੈੱਟ ਨਜ਼ਰ ਆਉਂਦੇ ਨੇ ਕੱਢੇ ਦੀ ਇਨਸ਼ਾਅੱਲਾ ਕੀਮਤ ਕੀ ਸੋਹਣੀ ਜੀ ਬਲੈਕ ਬਿਊਟੀ ਮਾਸ਼ਾਅੱਲਾ ਜੀ ਜਿਸਮ ਦੋਸਤਾਂ ਚੈੱਕ ਕਰਵਾਉਂਦੇ ਆ ਕਿੰਨਵਾਂ ਸੁਆਹ ਨੇ ਸੋਹਣਾ ਜੀ ਸੁਆਹ ਦਾ ਵੀ ਦੂਸਰਾ ਮਾਸ਼ਾਅੱਲਾ ਜੀ ਦਿਨ ਕਿੰਨੇ ਲੈ ਰਹੀ ਹੈ ਬਲੈਕ ਪ੍ਰਿੰਟ ਵਿੱਚ ਕਾਲੀ ਥਣ ਲੱਗੇ ਨੇ ਦਿਨ ਵੀ ਤਕਰੀਬਨ ਕੋਈ 5-6 ਲੈਂਦੀ ਹੈ ਵੀ ਸੁਆਹ ਭਾਈ ਰਾਂ ਦੂਸਰਾ ਦੱਸਿਆ ਪੁੱਠਾ ਵੀ ਦੋਸਤਾਂ ਚੈੱਕ ਕਰਵਾ ਦਿੰਦੇ ਆ ਬਾਈ ਵੈਸੇ ਇੱਥੇ ਜ਼ਰਾ ਲੰਮੀ ਕਰੋ ਨਸਲ ਕੀ ਜੇ ਇੱਥੇ ਖਿਲਾਰਨੀ ਜ਼ਰਾ ਕੈਮਰੇ 'ਚ ਪੂਰੀ ਨਜ਼ਰ ਜਰਸੀ ਤੇ ਚੋਲਸਤਾਨੀ ਕਰਾਸ ਹੈ ਪ੍ਰਿੰਟ ਦੀ ਸ਼ਾਈਨਿੰਗ ਚਮਕ ਵੀ ਦੋਸਤਾਂ ਵੇਖ ਲੈਣੀ ਹੈ ਜਿਸਾਮਤ ਪਿਆਰੀ ਹੈ ਨਾ ਬਹੁਤੀ ਵੱਡੀ ਹੈ ਨਾ ਛੋਟੀ ਹੈ ਮਾਸ਼ਾਅੱਲਾ ਜੀ ਇਹ ਵੀ ਸਾਊ ਹੈ ਜੀ ਉਲਟੀ ਸਾਈਡ ਤੋਂ ਭਾਈ ਤਸੱਲੀ ਕਰਵਾਉਂਦੇ ਨੇ ਵੀ ਥਾਣੀ ਵੀ ਦੋਸਤਾਂ ਵੇਖ ਲੈਣੇ ਨੇ ਦਿਨ ਤਕਰੀਬਨ ਕੋਈ 5-7 ਲੈਂਦੀ ਹੈ ਵੀ ਜਰਸੀ ਤੇ ਚੋਲਸਤਾਨੀ ਦੱਸੀ ਜੇ ਠੀਕ ਹੈ ਧੁਨੀਆਂ ਵਿੱਚ ਛੋਟੀ ਹੈ ਨਾ ਹੁੰਦੇ ਬਰਾਬਰ ਹੈ ਜਰਸੀ ਤੇ ਚੋਲਸਤਾਨੀ ਕਰਾਸ ਬਾਈ ਇਹਦਾ ਚਿਹਰਾ ਸਾਹਮਣੇ ਕਰਿਓ ਬਰੀਕ ਪਛਮ ਹੈ ਬਲੈਕ ਪ੍ਰਿੰਟ ਕਾਲੀ ਥਣ ਲੱਗੇ ਨੇ ਆਓ ਬਾਈ ਆ ਸੱਥ ਹਲਕੀ ਜੀ ਢੋਰ ਕੇ ਲੈ ਚਲੋ ਮਾਸ਼ਾਅੱਲਾ ਜੀ ਮਜ਼ਬੂਤ ਕਰਾਸ ਜਰਸੀ ਤੇ ਚੋਲਸਤਾਨੀ ਨੰਬਰ 3 ਤੇ ਚੈੱਕ ਕਰਵਾਈਏ ਥਣਾਂ ਦੀ ਵੰਡ ਵੀ ਪਿਆਰੀ ਹੈ ਫਿਰ ਲਾਲ ਕੱਚੀ ਹੈ ਦਿਨ ਤਕਰੀਬਨ ਕੋਈ 5-7 ਲੈਂਦੀ ਹੈ ਵੀ ਜੀ ਬਾਈ ਰਹਿਮਾਨ ਸਾਹਿਬ ਕੀ ਰੇਟ ਹੈ ਜੀ ਵੈਡ ਨੰਬਰ 3 ਦਾ ਭਾਈ ਸਾਹਿਬ ਮੱਛੀ ਜਿਹੜੀ ਹੈ ਨਾ 3 ਲੱਖ ਰੁਪਏ ਅੱਛਾ ਜੈਜ ਲੱਭੀ ਹੈ ਤੇ ਜੈਜ ਦੇਣੀ ਹੈ
ਫੜਾ ਥੁਣਾ ਦੀ ਗਰੰਟੀ ਹੋਏ ਦੀ, ਬਾਕੀ ਬੰਦੇ ਵੀ ਪੂਰੇ ਗਰੰਟੀ ਵਾਲੇ ਕੋਲ ਜਿਹੜਾ ਨੇ ਵੈੜੀਆਂ ਲਈਆਂ ਨੇ ਪਹਿਲੇ। ਠੀਕ ਹੈ। ਤੇ ਆ ਮਾਸ਼ਾਅੱਲਾ ਜੀ, ਆ ਜਗ੍ਹਾ ਵੇਖਣੀ ਦੋਸਤਾਂ ਕਾਫੀ ਹੈ। ਉਹਨਾਂ ਭੋਲੀ ਭਈ ਵਛੀ। ਠੀਕ ਹੈ। ਇਹ ਵੈੜੀ ਇਹ ਉਹਨੇ ਚਲੋ ਖੰਗੜੀਆਂ ਲਈਆਂ ਹਮਾਨੀਆਂ ਨੇ। ਇਹ ਵੈੜੀ ਹੈ ਵੀ ਉਹਨੇ ਸੂਆ ਚੁੰਗਿਆ ਵੀ ਘਰ। ਅੱਛਾ, ਯਾਨੀ ਕਿ ਉਹਦੀ ਫੁੱਲ ਤਸੱਲੀ ਵਾਲੀ ਹੈ। ਫੁੱਲ ਤਸੱਲੀ ਵਾਲੀ ਹੈ। ਦੁੱਧ ਵੀ ਆਂਦਾ ਪਹਿਲਾਂ 13 14 ਸਿਰ ਕਰਦੀ ਰਹੀ ਹੈ ਗੂਗੇ ਨੂੰ ਕਦਰ। ਆ ਬਿਲਕੁਲ ਜੀ ਭਾਈ ਫਰਾਜ, ਹਾਂ ਨਾਲ ਹੀ ਗੱਲ ਹੋਣੀ ਹੈ। ਬਹੁਤੇ ਪੈਸੇ ਮੰਗ ਛੱਡਿਆ, ਫਿਰ ਅਗਲਾ ਬੰਦਾ ਵੀ ਆਂਦਾ ਯਾਰ ਮੋਲ ਲੈਣਾ। 260,000 ਦੀ ਵਾੜੀ ਦੇ। 260,000 ਜੀ ਬਿਹਤਰ ਹੋ ਗਿਆ। ਨੰਬਰ ਦੇ ਇੰਤਜ਼ਾਮ ਕਰਵਾਈਏ, ਨਸਲ ਚੰਗੀ ਹੈ, ਸੁਆ ਦੂਸਰਾ, ਕੀਮਤ 260,000 ਅੱਗੇ ਬਈ ਲਿਆਓ ਜੀ। ਨੰਬਰ 4 ਵਾਲੀ ਅੱਗੇ ਆ ਗਈ ਮਾਸ਼ਾਅੱਲਾ ਜੀ। ਨੰਬਰ 4 ਤੇ ਜਾ ਬਾਈ, ਚੁੱਕ ਲਿਓ ਜੀ, ਅੱਗੇ ਟੋਰ ਲਿਓ ਕਿ ਜਾਤ ਬਗੈਰ ਟੋਰਨਾ। ਜਾਤ ਬਗੈਰ ਟੋਰ ਲਓ ਜੀ। ਕਿੰਨਵਾਂ ਸਵਾ ਸੂਈ ਹੈ ਜੀ? ਪਹਿਲਨ ਸ਼ਾਨਦਾਰ ਪਹਿਲਨ ਨੇ, ਕੱਦ ਚੰਗਾ ਵੇ ਪਹਿਲਵਾਨ ਪਹਿਲਨ ਨੇ। ਨੰਬਰ ਆ ਗਈ 4 ਤੇ, ਕਿੱਦਾਂ ਦੀ ਸੂਈ ਹੈ ਬਾਈ ਰਹਿਮਾਨ ਸਾਹਿਬ? 7-8 ਦਿਨ ਹੋ ਗਏ ਨੇ। ਦੁੱਧ ਕਿੰਨਾ ਕੁ ਦੇ ਰਹੀ ਹੈ? ਦੋਵਾਂ ਟਾਈਮਾਂ ਦਾ ਟੋਟਲ ਜਿਹੜਾ ਮੌਜੂਦਾ ਦੁੱਧ ਦੇ ਬੱਚੇ ਸਮੇਤ 14 ਕਿਲੋ ਸੁਬਾਹ ਪਹਿਲਾ ਵੇ, ਪੁੱਠਾ ਵੀ ਦੋਸਤਾਂ ਵੇਖ ਲੈਣਾ। ਕਿੰਨੇ ਦੰਦ ਬਾਈ ਰਹਿਮਾਨ ਸਾਹਿਬ ਹੈ? ਦੋਂਦੀ ਤੇ ਚੋਗੀ ਹੋ ਰਹੀ ਹੈ ਮਾਸ਼ਾਅੱਲਾ ਜੀ। ਕਾਲੇ ਥਣ ਲੱਗੇ ਨੇ, ਹਾਈਟ ਵੀ ਚੰਗੀ ਹੈ, ਹੈ ਵੀ ਸਿਹਤਮੰਦ ਹੈ। ਨੰਬਰ ਆ ਗਈ ਹੈ 4 ਤੇ ਮਾਸ਼ਾਅੱਲਾ ਜੀ, ਤੇ ਦੋਂਦੀ ਤੇ ਚੋਗੀ ਹੋ ਰਹੀ ਹੈ। ਨਸਲ ਕੀ ਬਾਈ ਰਹਿਮਾਨ ਸਾਹਿਬ ਦੀ? ਇਹ ਦੰਦ ਵੀ ਦੋਸਤਾਂ ਵੇਖ ਲੈਣੇ। ਠੀਕ ਹੈ ਬਾਈ। ਇਹ ਮਾਸ਼ਾਅੱਲਾ ਜੀ ਪਹਿਲਾਂ ਹੋ ਕੇ ਥਣ ਵੀ ਸੋਹਣੇ, ਮੁੱਠੀ ਕਾਲੇ ਲੱਗੇ ਨੇ। ਦੁੱਧ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 14 ਕਿਲੋ। ਨਸਲ ਕੀ ਦੱਸੀਏ? ਫਰੀਜ਼ੀਅਨ ਤੇ ਚੋਲਸਤਾਨ। ਠੀਕ ਲੈ ਚਲੋ ਬਾਈ ਜਾਨ। ਮਾਸ਼ਾਅੱਲਾ ਜੀ ਸ਼ਾਨਦਾਰ ਪਹਿਲਾਂ ਹੈ। ਦਿਨ ਤਕਰੀਬਨ 7 ਕੋ ਗਏ ਨੇ। ਸਾਊਗਾ ਨਹੀਂ ਹੈ ਬਗੈਰ ਵੰਗੇ ਦੀ ਕਿਉਂ ਨਹੀਂ? ਠੀਕ ਹੈ, ਜਾ ਕੀ ਪਿੱਛੇ ਦੇ ਟੋਰ ਵੇਖੋ ਪਹਿਲਵਾਨ ਨਾਲ ਪੂਰੀ ਪਹਿਲਵਾਨ ਪੂਰੀ ਨਵਾਬ ਚੀਜ਼ ਹੈ ਜੀ ਟੋਰ ਨਵਾਬ। ਠੀਕ ਮਾਸ਼ਾਅੱਲਾ ਜੀ ਸ਼ਾਨਦਾਰ ਪਹਿਲਾਂ ਹੈ। ਪੁੱਠਾ ਵੀ ਦੋਸਤਾਂ ਵੇਖ ਲੈਣਾ ਮੈਂ, ਇਹ ਵੀ ਸਿਹਤਮੰਦ ਹੈ। ਜਾ ਕੀ ਭਾਈ ਬੱਸ ਬੱਚਾ ਪਿੱਛੇ, ਇਹ ਪਿੱਛੇ ਦੇ ਬੱਚਾ, ਜਾ ਵੀ ਦੋਸਤਾਂ ਵੇਖਣਾ। ਨਸਲ ਇਹਦੀ ਵੀ ਚੰਗੀ ਹੈ। ਹਾਈਟ ਦੋਸਤਾਂ ਵੇਖ ਲੈਣੀ ਹੈ, ਇਹ ਵੀ ਕੱਦਾਵਰ ਤੇ ਚੋਗੀ ਹੁੰਦੀ ਹੈ ਭਾਈ। ਕੀ ਰੇਟ ਭਾਈ ਰਹਿਮਾਨ ਸਾਹਿਬ ਐਡ ਨੰਬਰ 4 ਦਾ? ਭਾਈ ਖਾਜ 2,85,000 ਦੁੱਧ 14 ਕਿਲੋ ਜੀ ਬਿਹਤਰ ਹੋ ਗਿਆ। 14 ਕਿਲੋ ਦੁੱਧ ਦੀ ਗਰੰਟੀ ਕਰੇ ਭਾਈ ਫਰਾਜ, ਇੱਥੇ ਆ ਕੇ ਰਹਿ ਕੇ ਚੋ ਚਾ ਕੇ ਪੂਰੀ ਤਸੱਲੀ ਕਰਕੇ, 2-4 ਦਫਾ ਚੋ ਕੇ ਆਪਣੀ ਤਸੱਲੀ ਕਰ ਲੈ। ਕੀਮਤ ਡਿਮਾਂਡ 2,85,000 ਨੰਬਰ 4 ਤੇ ਚੈੱਕ ਕਰਵਾਈ। ਅੱਗੇ ਬਾਈ ਲਿਆਓ ਜੀ ਨੰਬਰ 5 ਵਾਲੀ। ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 5 ਤੇ ਟੋਰੇ ਬਾਈ ਜਾਨਾ ਵੀ ਸੂਈ ਹੈ ਜੀ। ਕਿੰਨਵਾਂ ਸੋਹਾ ਭਾਈ ਰਹਿਮਾਨ ਸਾਹਿਬ ਦਾ? ਸੋਹਾ ਦੂਸਰਾ ਸੂਈ ਹੈ। ਕਿੱਦਾਂ ਦੀ ਸੂਈ ਹੈ? ਕੱਲ ਦੀ ਸੂਈ ਹੈ ਬੋਲੇ ਤੇ ਮਾਸ਼ਾਅੱਲਾ ਜੀ। ਬੋਲਾ ਕਿੰਨਾ ਕਿਹਦੇ ਕੋਲ? ਬਰੀਕ ਪੱਛਮ ਹੈ, ਸੇਮ ਇੱਕ ਹੀ ਕਲਰ ਹੈ, ਕੈਮਰੇ ਚ ਮੁਕੰਮਲ ਨਜ਼ਰ ਆਉਂਦੀ ਹੈ ਵੀ ਥਾਨ। ਮਾਸ਼ਾਅੱਲਾ ਜੀ ਸੋਹਣੇ ਮੁੱਠੀ ਦੋਰੇ ਲੱਗੇ ਨੇ। ਨਸਲ ਕੀ ਭਾਈ ਰਹਿਮਾਨ ਸਾਹਿਬ ਦੀ? ਸਾਹੀਵਾਲ ਤੇ ਫਰੀਜ਼ੀਅਨ ਕਰਾਸ ਮਾਸ਼ਾਅੱਲਾ ਜੀ, ਮਜ਼ਬੂਤ ਕਰਾਸ ਹੈ। ਜਾਨਵਰ ਜਿੰਨੇ ਵੀ ਨੇ ਭਾਈ ਇਹਨਾਂ ਕੋਲ ਸਾਰੇ ਗਰਮੀ ਨਹੀਂ ਕਰਨ ਦੇ ਭਾਈ। ਇਹਦਾ ਚਿਹਰਾ ਸਾਹਮਣੇ ਕਰਿਓ ਜੀ ਮਾਸ਼ਾਅੱਲਾ ਜੀ, ਚਿਹਰਾ ਦੋਸਤਾਂ ਫਿਰ ਵੇਖ ਲੈਣਾ। ਅਲਕਾ ਜਿਹਾ ਟੋਰ ਕੇ ਲੈ ਚਲੋ ਜਾਤੇ। ਫਰੀਜ਼ੀਅਨ ਤੋਂ ਸਾਹੀਵਾਲ ਕਰਾਸ, ਦੋ ਚਵਾਈਆਂ ਕੀਤੀਆਂ ਨੇ ਦੋਵਾਂ ਦੀ ਭਾਈਆਂ ਨੇ ਵਜ਼ਾਹਤ ਕੀਤੀ, ਤੀਸਰੀ ਚਵਾਈ ਹੁਣ ਹੋਣੀ ਹੈ। ਨੰਬਰ 5 ਤੇ ਚੈੱਕ ਕਰਵਾਉਂਦੇ ਆਪਾਂ ਮਾਸ਼ਾਅੱਲਾ ਜੀ। ਟੋਰ ਵੀ ਦੋਸਤਾਂ ਵੇਖ ਲੈਣੀ ਹੈ। ਠੀਕ ਹੈ, ਇਹ ਮਾਸ਼ਾਅੱਲਾ ਜੀ ਲਿਬਾਸ ਦੋਸਤਾਂ ਫਿਰ ਵੇਖਣਾ ਜੀ। ਲੈ ਚਲੋ ਭਾਈ ਜਾਨ, ਜਾ ਕੀ ਪਿੱਛੇ ਦੇ ਬੱਚਾ, ਇਹ ਪਿੱਛੇ ਦੇ ਬੱਚਾ ਜੀ ਭਾਈ ਰਹਿਮਾਨ ਸਾਹਿਬ। ਕੀ ਰੇਟ ਹੈ ਜੀ ਵੈੜ ਨੰਬਰ 5 ਦਾ? ਕੀਮਤ ਡਿਮਾਂਡ 2,75,000 ਅੱਗੇ ਬਾਈ ਲਿਆਓ ਜੀ ਨੰਬਰ 6 ਵਾਲੀ।
ਅੱਜ ਦੀ ਵੀਡੀਓ ਦਾ ਤੋਹਫਾ ਹਾਈਟ ਦੋਸਤਾਂ ਵੇਖ ਲੈਣੀ ਚੰਗੀ ਪਹਿਲਵਾਨ ਕਾਦਾਵਰ ਮਾਸ਼ਾਅੱਲਾ ਜੀ ਵੈੜੇ ਖਿਲਾ ਰਹੇ ਹੋ ਇਹ ਵੀ ਪਹਿਲਾਂ ਨੇ ਮਾਸ਼ਾਅੱਲਾ ਜੀ ਦੋਂਦੀ ਪਹਿਲਵਾਨ ਪਹਿਲਾਂ ਨੇ ਮਾਸ਼ਾਅੱਲਾ ਜੀ ਜਸਾਮਤ ਵੇਖਣੀ ਹੈ ਅੱਜ ਦੀ ਵੀਡੀਓ ਦਾ ਤੋਹਫਾ ਹੀ ਹੈ ਮਾਸ਼ਾਅੱਲਾ ਜੀ ਪੂਰੀ ਨਫਾਸਤ ਵਿੱਚ ਦਿਨ ਕਿੰਨੇ ਖਿਲਾ ਰਹੀ ਹੈ ਭਾਈ ਰਹਿਮਾਨ ਸਾਹਿਬ ਹੈ ਚਾਰ ਕੁ ਦਿਨ ਤਕਰੀਬਨ ਠੀਕ ਹੈ ਜਗ੍ਹਾ ਲੈ ਕਾਫੀ ਕੱਚੀ ਹੈ ਮਾਸ਼ਾਅੱਲਾ ਜੀ ਬਾਈ ਇੱਥੇ ਜ਼ਰਾ ਲੰਮੀ ਕਰਨੀ ਹੈ ਉਹ ਪਰਲੀ ਸਾਈਡ ਤੇ ਥੋੜੀ ਜਿਹੀ ਲੋ ਏ ਅੱਛਾ ਉਹ ਪਹਿਲਾਂ ਨੇ ਪਹਿਲਾਂ ਅਕਸਰ ਕਰ ਜਾਂਦੀਆਂ ਨੇ ਕੋਈ ਸੁਣੀ ਆ ਕੋਈ ਥਾਣਾ ਛੜਾ ਦਾ ਮਸਲਾ ਠੀਕ ਹੈ ਥਾਣੀ ਦੋਸਤਾਂ ਵੇਖ ਲੈਣੇ ਨੇ ਦਿਨ ਤਕਰੀਬਨ ਚਾਰ ਦੱਸੇ ਨੇ ਇਹ ਵੀ ਦੋਂਦੀ ਅਗਰ ਆਸਾਨੀ ਤੇ ਭਾਈ ਦੰਦ ਚੈੱਕ ਕਰਵਾਓ ਦੋਸਤਾਂ ਆਹ ਚੈੱਕ ਕਰੋ ਦੋਂਦੀ ਮਾਸ਼ਾਅੱਲਾ ਜੀ ਪਹਿਲਵਾਨ ਪਹਿਲਾਂ ਹੋ ਗਈ ਕਾਦਾਵਰ ਦੋਂਦੀ ਮਾਸ਼ਾਅੱਲਾ ਜੀ ਸਾਰੀਆਂ ਦੋ ਦੰਦ ਵੈੜਾਂ ਦੀ ਇੰਨੀ ਹਾਈਟ ਹੀ ਨਹੀਂ ਹੁੰਦੀ ਮਾਸ਼ਾਅੱਲਾ ਜੀ ਦਿਨ ਤਕਰੀਬਨ ਚਾਰ ਦੱਸੇ ਨੇ ਭਾਈ ਇੱਥੇ ਖਿਲਾਰਨੀ ਹੈ ਜ਼ਰਾ ਪੂਰੀ ਇਹਦੀ ਹਾਈਟ ਚੈੱਕ ਕਰਵਾਉਣੀ ਹੈ ਓਏ ਹਾਂ ਭਾਈ ਜ਼ਰਾ ਸਾਈਡ ਤੇ ਨਸਲ ਕੀ ਜਦੀ ਪਹਿਲਾਂ ਵੈੜੇ ਦਿਨ ਤਕਰੀਬਨ ਭਾਈ ਚਾਰ ਤੋਂ ਪੰਜ ਦੱਸੇ ਨੇ ਅਲਗਾ ਜਾ ਭਾਈ ਟੋਰਨਾ ਮਾਸ਼ਾਅੱਲਾ ਜੀ ਦੋਸਤੋ ਟੋਰ ਵੀ ਚੈੱਕ ਕਰਨੀ ਹੈ ਜਗ੍ਹਾ ਲੈ ਕਾਫੀ ਹੈ ਭਾਈ ਇਹਨਾਂ ਦਿਨ ਚਾਰ ਦੱਸੇ ਨੇ ਚਾਰ ਦੇ ਪੰਜ ਵੀ ਹੋ ਸਕਦੇ ਨੇ ਛੇ ਵੀ ਹੋ ਸਕਦੇ ਨੇ ਲਿਆਓ ਭਾਈ ਪ੍ਰਤਾਪ ਕੇ ਜੀ ਭਾਈ ਰਹਿਮਾਨ ਸਾਹਿਬ ਕੀ ਰੇਟ ਹੈ ਜੀ ਇਹਦਾ ਸੋਹਣਾ ਜਾਇਦਾ ਰੇਟ ਦਾ ਲਓ ਠੀਕ ਹੈ ਕੀਮਤ ਡਿਮਾਂਡ 3 ਲੱਖ ਤੇ 20 ਹਜ਼ਾਰ ਹੈ ਗੱਬਨ ਦਾ ਰੇਟ ਹੈ ਅਗਲੀ ਵੀਡੀਓ ਸਿੱਧਾ ਹੀ ਰੱਖੋ ਉਸ ਦੌਰਾਨ ਜੇ ਸੂਪ ਹੈ ਫਿਰ ਵੀ ਇਹਦਾ ਰੇਟ ਹੈ ਠੀਕ ਹੈ ਸੇਲ ਹੋ ਜਾਣੀ ਇਨਸ਼ਾਅੱਲਾ ਜੀ ਹੈ ਵੀ ਕਰਦਾ ਵਰ ਮਾਸ਼ਾਅੱਲਾ ਜੀ ਕੀਮਤ 3,20,000 ਮਜ਼ੀਦ ਕੋ ਦੋਸਤਾਂ ਵਾਸਤੇ ਪੈਗਾਮ ਭਾਈ ਫਰਾਜ ਦੋਸਤ ਜਿਹੜੇ ਨੇ ਆ ਕੇ ਤੇ ਫਿਰ ਮਜਬੂਰ ਕਰਦੇ ਨੇ ਜਿਹੜੇ ਬੰਦੇ ਜਾਨਵਰ ਲਏ ਨਾ ਤੇ ਉਹ ਬਿਆਨਾ ਕਰਾਏ ਤੇ ਉਹਦਾ ਅਗਰ ਬਿਆਨਾ ਨਾ ਕਰਾਏ ਫਰਜ਼ ਕੀਤਾ ਉਹਦਾ ਇੱਕ ਬੰਦਾ 10-15 ਮਿੰਟ ਪਹਿਲਾਂ ਆ ਜਾਂਦਾ ਇੱਕ ਬਾਅਦ 'ਚ ਹੁੰਦਾ 10-15 ਮਿੰਟ ਪਹਿਲਾਂ ਆ ਕੇ ਲੈ ਲੈਂਦਾ ਦੂਜਾ ਆਉਂਦਾ ਯਾਰ ਮੈਂ ਵੀ ਤੈਨੂੰ ਆਉਂਦਾ ਹਾਂ ਪਿਆਉਂਦਾ ਹਾਂ ਪਿਆ ਤੇ ਤੂੰ ਮੈਨੂੰ 10 ਮਿੰਟ ਵੀ ਡੀਕਿਆ ਨਹੀਂ ਉਹਦੇ ਵਿੱਚ ਫਿਰ ਮੇਰੀ ਗਲਤੀ ਨਹੀਂ ਬਿਲਕੁਲ ਜੀ ਬਿਆਨਾ ਕੀਤਾ ਹੋਇਆ ਤੇ ਫਾਈਨਲ ਹੋਈ ਇਹਦੀ ਗੱਲ ਅਗਰ ਉਹਨੂੰ ਚੰਗੀ ਨਾ ਲੱਗੇ ਆਪਣਾ ਬਿਆਨਾ ਵਾਪਸ ਲੈ ਸਕਦੇ ਜੀ ਠੀਕ ਹੈ ਲੈਣਾ ਭਾਈ ਇਹਦਾ ਪੈਗਾਮ ਦੇ ਲਓ ਚਾਚੇ ਹਰੀ ਚੰਦਨ ਮੈਨੂੰ ਚਾਚੇ ਕਰਨੀ ਕੋਈ ਗੱਲਬਾਤ ਚਲੋ ਮਿਹਰਬਾਨੀ ਜੀ ਜਾ ਸਕਦੇ ਅੱਲਾ ਹਾਫਿਜ਼